ਪੁਲਿਸ ਦੇ ਵੱਲੋਂ ਇੱਕ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਗੈਂਗਸਟਰ ਨੂੰ ਭਾਰਤ ਲਿਆਂਦਾ ਗਿਆ। ਦੱਸ ਦਈਏ ਕਿ ਇਸ ਗੈਂਗਸਟਰ ਦੇ ਉੱਤੇ ਕਈ ਅਪਰਾਧਿਕ ਮਾਮਲੇ ਦਰਜ ਸੀ ਤੇ ਇਹ ਲਗਾਤਾਰ ਫਰਾਰ ਚੱਲ ਰਿਹਾ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਦੀ ਐਸਟੀਐਫ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਸ ਬਦਨਾਮ ਗੈਂਗਸਟਰ ਨੂੰ ਹੁਣ ਭਾਰਤ ਦੇ ਵਿੱਚ ਲਿਆਂਦਾ ਗਿਆ। ਦੱਸ ਦਈਏ ਕਿ ਇਸ ਦੀ ਪਹਿਚਾਣ ਗੈਂਗਸਟਰ ਕਾਲਾ ਖੈਰਮਪੁਰਮ ਵਜੋਂ ਹੋਈ ਹੈ, ਜੋ ਕਿ ਥਾਈਲੈਂਡ ਦੇ ਵਿੱਚ ਚਲਾ ਗਿਆ ਸੀ। ਤਾਂ ਦੱਸ ਦਈਏ ਕਿ ਕਈ ਅਪਰਾਧਿਕ ਮਾਮਲੇ ਇਸ ਦੇ ਉੱਤੇ ਦਰਜ ਨੇ ਤੇ ਗੈਂਗਸਟਰ ਹਿਮਾਂਸ਼ੂ ਭਾਊ ਦਾ ਇੱਕ ਕਰੀਬੀ ਦੱਸਿਆ ਜਾ ਰਿਹਾ ਤੇ ਕੱਲ ਐਨਕਾਊਂਟਰ ਜੋ ਹੋਇਆ ਸੀ ਸੋਨੀਪਤ ਦੇ ਵਿੱਚ ਤਿੰਨ ਗੈਂਗਸਟਰਾਂ ਦਾ, ਉਹ ਤਿੰਨੋਂ ਹੀ ਗੈਂਗਸਟਰ ਇਸ ਦੇ ਇਸ਼ਾਰੇ ਦੇ ਉੱਤੇ ਕਿਹਾ ਜਾ ਰਿਹਾ ਕਿ ਕੰਮ ਕਰ ਰਹੇ ਸੀ ਤੇ ਉਹ ਤਿੰਨੋਂ ਹੀ ਗੈਂਗਸਟਰ ਇਸ ਦੇ ਕਰੀਬੀ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਕਾਲਾ ਖੈਰਮਪੁਰਮ ਨੂੰ ਹੁਣ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਇੰਡੀਆ ਦੇ ਵਿੱਚ ਲਿਆਂਦਾ ਗਿਆ। ਪੁਲਿਸ ਦੇ ਵੱਲੋਂ ਲਗਾਤਾਰ ਥਾਈਲੈਂਡ ਦੀ ਸੁਰੱਖਿਆ ਏਜੰਸੀਆਂ ਦੇ ਨਾਲ ਸੰਪਰਕ ਸਾਧਿਆ ਗਿਆ ਸੀ ਤੇ ਫਿਰ ਸੁਰੱਖਿਆ ਏਜੰਸੀਆਂ ਦੀ ਮਦਦ ਦੇ ਨਾਲ ਹਰਿਆਣਾ ਦੀ ਐਸਟੀਐਫ ਦੀ ਟੀਮ ਜੋ ਸੀ ਉਹ ਇਸ ਨੂੰ ਗ੍ਰਿਫਤਾਰ ਕਰਕੇ ਹੁਣ ਆਪਣੇ ਨਾਲ ਲੈ ਕੇ ਆਈ ਹੈ। ਦੱਸ ਦਈਏ ਕਿ ਬੀਤੇ ਦਿਨਾਂ ਜੋ ਐਨਕਾਊਂਟਰ ਹੋਇਆ ਸੀ ਤਿੰਨ ਗੈਂਗਸਟਰਾਂ ਦਾ, ਜਿਸ ਦੇ ਵਿੱਚ ਆਸ਼ੀਸ਼ ਲਾਲੂ, ਸੰਨੀ ਗੁੱਜਰ ਤੇ ਵਿੱਕੀ, ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਐਨਕਾਊਂਟਰ 'ਚ ਢੇਰ ਕੀਤਾ ਗਿਆ, ਉਹ ਤਿੰਨੋਂ ਹੀ ਗੈਂਗਸਟਰ ਇਸ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ। ਹਾਲਾਂਕਿ ਜੋ ਸੋਨੀਪਤ ਦੇ ਵਿੱਚ ਤਿੰਨੋਂ ਹੀ ਗੈਂਗਸਟਰਾਂ ਦਾ ਐਨਕਾਊਂਟਰ ਹੋਇਆ, ਉਸ ਦੇ ਵਿੱਚ ਉਹਨਾਂ ਦੇ ਉੱਤੇ ਇਲਜ਼ਾਮ ਸਨ ਕਿ ਪਹਿਲਾਂ ਤਾਂ ਉਹਨਾਂ ਨੇ ਇੱਕ ਮਹਿੰਦਰਾ ਦੇ ਸ਼ੋਰੂਮ ਦੇ ਉੱਤੇ 30 ਦੇ ਕਰੀਬ ਰਾਊਂਡ ਫਾਇਰਿੰਗ ਕੀਤੀ ਅਤੇ 5 ਕਰੋੜ ਰੁਪਏ ਦੀ ਉਹਨਾਂ ਤੋਂ ਰੰਗਦਾਰੀ ਮੰਗੀ ਸੀ ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇੱਕ ਹਲਵਾਈ ਦੀ ਦੁਕਾਨ ਤੋਂ ਉਹਨਾਂ ਦੇ ਵੱਲੋਂ ਰੰਗਦਾਰੀ ਮੰਗੀ ਗਈ ਸੀ, ਨਾ ਦੇਣ ਤੇ ਉੱਥੇ ਵੀ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ। ਤਾਂ ਪੁਲਿਸ ਦੇ ਵੱਲੋਂ ਜਦੋਂ ਉਹਨਾਂ ਨੂੰ ਕੱਲ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਹੀ ਗੋਲੀਆਂ ਚਲਾ ਦਿੱਤੀਆਂ। ਜਵਾਬੀ ਫਾਇਰਿੰਗ ਦੇ ਵਿੱਚ ਤਿੰਨੋਂ ਗੈਂਗਸਟਰ ਢੇਰ ਹੋ ਗਏ। ਹਾਲਾਂਕਿ ਹੁਣ ਇਸ ਗੈਂਗਸਟਰ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ। ਦੱਸ ਦਈਏ ਕਿ ਹਿਮਾਂਸ਼ੂ ਭਾਊ ਗੈਂਗ ਦਾ ਇੱਕ ਕਰੀਬੀ ਦੱਸਿਆ ਜਾ ਰਿਹਾ। ਤਾਂ ਜੋ ਬੀਤੇ ਦਿਨਾਂ ਤਿੰਨੋਂ ਗੈਂਗਸਟਰ ਮਾਰੇ ਗਏ ਸੀ ਉਹ ਵੀ ਹਿਮਾਂਸ਼ੂ ਭਾਊ ਗੈਂਗ ਦੇ ਹੀ ਕਰੀਬੀ ਸੀ ਅਤੇ ਉਹ ਤਿੰਨੋਂ ਹੀ ਕਿਹਾ ਜਾ ਰਿਹਾ ਕਿ ਕਾਲਾ ਖੈਰਮਪੁਰਮ ਦੇ ਇਸ਼ਾਰਿਆਂ ਤੇ ਹੀ ਕੰਮ ਕਰ ਰਹੇ ਸੀ। ਤਾਂ ਹੁਣ ਹਰਿਆਣਾ ਦੀ ਐਸਟੀਐਫ ਦੀ ਟੀਮ ਦੇ ਹੱਥ ਤੇ ਵੱਡੀ ਕਾਮਯਾਬੀ ਲੱਗੀ ਹੈ। ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ ਜੋ ਥਾਈਲੈਂਡ ਤੋਂ ਹੁਣ ਇਸ ਖਤਰਨਾਕ ਗੈਂਗਸਟਰ ਨੂੰ ਆਪਣੇ ਨਾਲ ਗ੍ਰਿਫਤਾਰ ਕਰਕੇ ਲੈ ਕੇ ਆਈ ਹੈ।